ਗਿੱਪੀ ਗਰਿਵਾਲ ਨੂੰ ਜਦ ਵੀ ਆਪਣੇ ਬਿਜ਼ੀ ਸ케ਡਿਊਲ ਦੇ ਵਿੱਚ ਕੁਝ ਪਲ ਮਿਲਦੇ ਨੇ ਤੇ ਉਹ ਪ੍ਰੇਫਰ ਕਰਦੇ ਨੇ ਆਪਣੀ ਫੈਮਲੀ ਦੇ ਨਾਲ ਸਪੈਂਡ ਕਰਨਾ ਜੀ ਹਾਂ ਹਾਲ ਹੀ ਦੇ ਵਿੱਚ ਕੈਰੀਅਰ ਉੱਤੇ 3 ਦੇ ਸੁਪਰ ਸਕਸੈਸ ਹੋਣ ਤੋਂ ਬਾਅਦ ਬਹੁਤ ਜ਼ਿਆਦਾ ਹੈਕਟਿਕ ਸ케ਡਿਊਲ ਰਹਿਣ ਤੋਂ ਬਾਅਦ ਹੁਣ ਗਿੱਪੀ ਗਰਿਵਾਲ ਵੈਂਕੂਵਰ ਦੇ ਵਿੱਚ ਆਪਣੇ ਘਰ ਫੈਮਲੀ ਦੇ ਨਾਲ ਵਕਤ ਬਤੀਤ ਕਰ ਰਹੇ ਨੇ ਤੇ ਹਾਲੇ ਤੋਂ ਵਿੱਚ ਗਿੱਪੀ ਗਰਿਵਾਲ ਨੇ ਲੈਂਬਰਗਿਨੀ ਵੀ ਬਾਈ ਕੀਤੀ ਹੈਗੀ ਤੇ ਕੰਗ੍ਰੈਚੁਲੇਸ਼ਨਸ ਟੂ ਦਾ ਹੋਲ ਗਰਿਵਾਲ ਫੈਮਲੀ ਆਰ ਤੁਹਾਨੂੰ ਦਾਸ ਦਈਏ ਕਿ ਹੁਣ ਗਿੱਪੀ ਗਰਿਵਾਲ ਆਪਣੇ ਬੇਟੇ ਨਾਲ ਵਕਤ ਕੀਤ ਕਰਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਇੱਕ ਕਿਊਟ ਮੂਵਮੈਂਟ ਆਪਣੇ ਫੈਨਸ ਨਾਲ ਸ਼ੇਅਰ ਵੀ ਕੀਤੀ ਜੀ ਹਾਂ ਗੁਰਬਾਜ਼ ਦੀ ਕਿਊਟਨੈਸ ਨਾਲ ਤੁਹਾਨੂੰ ਸਭ ਨੂੰ ਹੋ ਜਾਏਗਾ ਪਿਆਰ ਤੇ ਗੁਰਬਾਜ਼ ਦੀ ਇਹ ਕਿਊਟ ਵੀਡੀਓ ਦੇਖੋ ਫਿਰ ਕਰਦੇ ਆਂ ਅਸੀਂ ਹੋਰ ਗੱਲਬਾਤ ਠੀਕ ਕੀ ਕਰ ਲੈ ਕੀ ਕਰ ਲੈ ਕੀ ਕਰ ਲੈ ਖਲਾਰਾ ਪਾਲੇ ਪਹਿਲਾਂ ਬੋਲ ਖਲਾਰਾ ਪਾਲਾ ਪਾਲਾ ਖਲਾਰਾ ਆ ਤੇਰੀ ਓਏ ਟਿੱਗਾਇਆ ਤੂੰ ਕਿਉਂ ਰੋਜ਼ ਖਲਾਰਾ ਪਾਲਾਂ ਹੈ ਖਲਾਰਾ ਪਾਲਾਂ ਮੈਂ ਦੇਖਿਆ ਨਾ ਫਿਰ ਕਿਵੇਂ ਗਰੇਵਾਲ ਪਰਮਿਸ਼ਨ ਲੈ ਰਹੇ ਨੇ ਆਪਣੇ ਡੈਡ ਗਿੱਪੀ ਗਰੇਵਾਲ ਤੋਂ ਕਿ ਮੈਂ ਖਲਾਰਾ ਪਾਦਾ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਰਵਨੀਤ ਗਰੇਵਾਲ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਗਾਈਡੈਂਸ ਦਿੰਦੇ ਹੈ ਕਿ ਖਲਾਰਾ ਨਹੀਂ ਪਾਣਾ ਇਸੇ ਕਰਕੇ ਗੁਰਬਾਜ਼ ਦਾ ਦਿਲ ਤੇ ਕਰ ਰਿਹਾ ਹੈ ਖਲਾਰਾ ਪਾਉਣ ਨੂੰ ਲੇਕਿਨ ਉਹ ਆਪਣੇ ਪਾਪਾ ਗਿੱਪੀ ਤੋਂ ਪਰਮਿਸ਼ਨ ਲੈ ਰਹੇ ਨੇ ਕਿ ਪਾਦਾ ਖਲਾਰਾ ਮੈਂ ਤੇ ਉਹਨਾਂ ਦੇ ਖਲਾਰਾ ਪਾਉਣ ਦੇ ਟੰਗ ਨੂੰ ਕਿਊਟਨੈਸ ਨੂੰ ਦੇਖਦੇ ਹੋਏ ਆ ਗਿੱਪੀ ਗਰੇਵਾਲ ਨੇ ਵੀ ਕਹਿ ਹੀ ਦਿੱਤਾ ਪਾ ਦੇ ਫਿਰ ਖਲਾਰਾ ਵੈਲ ਬਹੁਤ ਕਿਊਟ ਮੂਵਮੈਂਟਸ ਹੁੰਦੀਆਂ ਨੇ ਜਦੋਂ ਅਸੀਂ ਆਪਣੇ ਬੱਚਾ ਦੇ ਨਾਲ ਵਕਤ ਬਤੀਤ ਕਰਦੇ ਹੈਗੀਆਂ ਤੇ ਉਹਨੂੰ ਕੈਪਚਰ ਕਰਕੇ ਰੱਖ ਲੈਣੇ ਆ ਕਿ ਅਸੀਂ ਇਨ ਫਿਊਚਰ ਉਹਨੂੰ ਦੇਖਾਂਗੇ ਤੇ ਮੁੜ ਕੇ ਉਹਨਾਂ ਪਲਾਂ ਨੂੰ ਰਿਵਾਈਵ ਕਰ ਲਾਂਗੇ ਤੇ ਇਹੀ ਕੰਮ ਗਿਪੀ ਗਰੇਵਾਲ ਕਰਦੇ ਨੇ ਔਰ ਬਹੁਤ ਜ਼ਿਆਦਾ ਕਿਊਟਨੈਸ ਉਹਨਾਂ ਦੇ ਬੱਚਾਂ ਦੇ ਦੇਖਣ ਨੂੰ ਮਿਲਦੀ ਹੈਗੀ ਹੈ ਜੋ ਕਿ ਫੈਨਸ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਗੁਰਬਾਜ਼ ਦੀ ਇਹ ਕਿਊਟ ਵੀਡੀਓ ਸਭ ਦਾ ਦਿਲ ਜਿੱਤ ਰਹੀ ਹੈ ਮੈਂ ਤੁਹਾਨੂੰ ਦੱਸ ਦਈਏ ਕਿ ਗੁਰਬਾਜ਼ ਗਰੇਵਾਲ ਸੋਸ਼ਲ ਮੀਡੀਆ ਤੇ ਵੀ ਐਕਟਿਵ ਰਹਿੰਦੇ ਨੇ ਉਹਨਾਂ ਦੀ ਟੀਮ ਪੂਰੀ ਮੈਨੇਜ ਕਰਕੇ ਰੱਖਦੀ ਹੈ ਉਹਨਾਂ ਦੇ ਅਕਾਊਂਟ ਨੂੰ ਤੇ ਇਨਸਟਾ ਦੇ ਉੱਪਰ ਬਹੁਤ ਕਿਊਟ ਵੀਡੀਓਜ਼ ਉਹਨਾਂ ਦੇ ਸਟਾਈਲਿੰਗ ਸਭ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ ਆ ਮਮਾ ਰਵਨੀਤ ਕੋਰ ਗਰੇਵਾਲ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਗੁਰਬਾਜ਼ ਨੂੰ ਟਿਪ ਟੌਪ ਰੱਖਦੇ ਨੇ ਤੇ ਉਹ ਰੀਲਸ ਪਾਉਂਦੇ ਨੇ ਔਰ ਗੁਰਬਾਜ਼ ਆਪਣੇ ਮਦਰ ਨਾਲ ਵੀ ਰੀਲ ਪਾਉਂਦੇ ਨੇ ਬਣਾਉਂਦੇ ਨੇ ਸੋ ਇਹ ਚੀਜ਼ਾਂ ਸਭ ਫੈਨਸ ਐਪਰੀਸ਼ੀਏਟ ਕਰਦੇ ਨੇ ਉਹਨਾਂ ਨੂੰ ਐਡੋਰ ਕਰਦੇ ਨੇ ਤੇ ਉਹਨਾਂ ਨੂੰ ਖੂਬਸੂਰਤ ਖੂਬਸੂਰਤ ਵਿਸ਼ੇਸ ਵਿਸ਼ੇਸ ਵੀ ਦਿੰਦੇ ਨੇ ਵੈਲ ਗੁਰਬਾਜ਼ ਗਰੇਵਾਲ ਦੇ ਨਾਲ ਨਾਲ ਨਸ਼ਿੰਦਾ ਗਰੇਵਾਲ ਤੇ ਏਕਮ ਗਰੇਵਾਲ ਵੀ ਬਹੁਤ ਜ਼ਿਆਦਾ ਕਿਊਟ ਨੇ ਤੇ ਉਹਨਾਂ ਦੇ ਕਿਊਟਨੈਸ ਨੂੰ ਵੀ ਸਭ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਵੈਲ ਵੀ ਵਿ ਇਹ ਖੂਬਸੂਰਤ ਮੂਮੈਂਟ ਸੀਨ ਤੇ ਹਮੇਸ਼ਾ ਸ਼ੇਅਰ ਕਰ ਦੇਣਾ ਆਪਣੇ ਫੈਨਸ ਦੇ ਨਾਲ ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਹੈਗੀ ਤੁਸੀਂ ਵੀ ਕੀ ਦੇਖ ਕੇ ਖੁਸ਼ ਹੋਏ ਹੋ ਕਿ ਖਲਾਰਾ ਪਾਦਾ ਸਾਣਾ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਐਂਡ ਵੀ ਵਿਸ਼ ਕੀ ਗੀਪੀ ਗਿਰਵਾਲ ਨੇ ਜਿਵੇਂ ਸਟ ਸਾਰੇ ਪੰਜਾਬੀਆਂ ਦਾ ਮਾਣ ਵਧਾਇਆ ਕੈਰੀਓਨ ਜੱਟਾ 3 ਵਰਗੀ ਸੁਪਰ ਰੂਬਰ ਹਿੱਟ ਫਿਲਮ ਦੇ ਕੇ 100 ਕਰੋੜ ਬਾਕਸ ਆਫਿਸ ਕਲੈਕਸ਼ਨ ਲਿਆ ਕੇ ਤੇ ਅਸੀਂ ਹੋਰ ਉਮੀਦ ਕਰਦੇ ਹਾਂ ਕਿ ਇਦਾਂ ਹੀ ਗੀਪੀ ਗਿਰਵਾਲ ਦੇ ਆਉਣ ਵਾਲੇ ਸਾਰੇ ਪ੍ਰੋਜੈਕਟਸ ਸੁਪਰ ਰੂਬਰ ਹਿੱਟ ਰਹਿਣ ਤੇ ਸਾਡੇ ਪੰਜਾਬੀਆਂ ਦਾ ਨਾਮ ਪੂਰੇ ਵਰਲਡ ਦੇ ਵਿੱਚ ਇਦਾਂ ਕੈਂਪ ਬਣਿਆ ਰਵੇ ਤੇ ਜਲਦੀ ਮੁੜ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਜੁੜੇ ਰਹੋ ਦੇਸੀ ਚੰਦ ਨਾਲ ਧੰਨਵਾਦ